ਪੰਜਾਬ ਦੇ ਵਿੱਚ ਅੱਜ ਪੰਚਾਇਤੀ ਚੋਣਾਂ ਨੇ ਤੇ ਕਈ ਥਾਵਾਂ ਦੇ ਉੱਤੇ ਵੋਟਿੰਗ ਸ਼ੁਰੂ ਹੋ ਚੁੱਕੀ ਹੈ ਤੇ ਕਈ ਥਾਵਾਂ ਦੇ ਉੱਤੇ ਬੂਥਾਂ ਦੇ ਬਾਹਰ ਧਰਨੇ ਲੱਗਣੇ ਵੀ ਸ਼ੁਰੂ ਹੋ ਚੁੱਕੇ ਨੇ। ਵੋਟਿੰਗ ਪ੍ਰਕਿਰਿਆ ਸੰਪੂਰਨ ਹੋਣ ਨਹੀਂ ਦਿੱਤੀ ਜਾ ਰਹੀ ਤੇ ਪਿੰਡ ਵਾਲਿਆਂ ਦੇ ਵੱਲੋਂ ਹੀ ਇਹ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ। ਤਾਜ਼ਾ ਮਾਮਲਾ ਫਿਰੋਜ਼ਪੁਰ ਦੇ ਪਿੰਡ ਉਤਾੜ ਤੋਂ ਸਾਹਮਣੇ ਆਇਆ ਜਿੱਥੇ ਕਿ 400 ਦੇ ਕਰੀਬ ਲੋਕਾਂ ਦੇ ਵੱਲੋਂ ਬੂਥ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਕਿਸੇ ਨੂੰ ਵੀ ਵੋਟ ਪਾਉਣ ਨਹੀਂ ਦਿੱਤੀ ਜਾ ਰਹੀ ਤੇ ਇਹਨਾਂ ਧਰਨਾ ਪ੍ਰਦਰਸ਼ਨ ਕਰ ਰਹੇ ਲੋਕਾਂ ਦਾ ਕਹਿਣਾ ਹੈ ਕਿ ਪੰਚਾਇਤੀ ਚੋਣਾਂ ਦੇ ਵਿੱਚ ਹੀ ਉਹਨਾਂ ਦੇ ਪਿੰਡ ਦੀਆਂ 400 ਵੋਟਾਂ ਹਮੇਸ਼ਾ ਗਾਇਬ ਹੋ ਜਾਂਦੀਆਂ ਨੇ, ਜਦਕਿ ਲੋਕ ਸਭਾ ਚੋਣਾਂ ਦੇ ਵਿੱਚ, ਵਿਧਾਨ ਸਭਾ ਚੋਣਾਂ ਦੇ ਵਿੱਚ ਉਹਨਾਂ ਦੇ ਵੱਲੋਂ ਵੋਟਿੰਗ ਕੀਤੀ ਜਾਂਦੀ ਹੈ, ਪਰ ਆਏ ਵਾਰੀ ਸਰਪੰਚੀ ਚੋਣਾਂ ਦੇ ਮੌਕੇ ਹੀ ਉਹਨਾਂ ਦੇ 441 ਵੋਟਾਂ ਗਾਇਬ ਹੋ ਜਾਂਦੀਆਂ ਨੇ, ਜਿਸ ਨੂੰ ਲੈ ਕੇ ਹੁਣ ਉਹਨਾਂ ਦੇ ਵੱਲੋਂ ਮੋਰਚਾ ਖੋਲ੍ਹ ਦਿੱਤਾ ਗਿਆ। ਇਲੈਕਸ਼ਨ ਕਮਿਸ਼ਨ ਦੇ ਕੋਲ ਮੰਗ ਕੀਤੀ ਗਈ ਹੈ ਕਿ ਜਲਦ ਤੋਂ ਜਲਦ ਉਹਨਾਂ ਦੀਆਂ ਵੋਟਾਂ ਪੂਰੀਆਂ ਕਰਕੇ ਦਿੱਤੀਆਂ ਜਾਵੇ, ਉਦੋਂ ਤੱਕ ਇਸ ਦੇ ਅੰਦਰ ਜੋ ਵੋਟਿੰਗ ਹੈ ਉਹ ਨਹੀਂ ਹੋਣ ਦਿੱਤੀ ਜਾਵੇਗੀ। ਤਾਂ ਦੱਸ ਦਈਏ ਕਿ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਮੰਗ ਨੂੰ ਲੈ ਕੇ ਉਹਨਾਂ ਦੇ ਵੱਲੋਂ ਹਾਈ ਕੋਰਟ, ਚੋਣ ਕਮਿਸ਼ਨ ਅਤੇ DC ਤੱਕ ਵੀ ਪਹੁੰਚ ਕੀਤੀ ਗਈ, ਪਰੰਤੂ ਹਾਲੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਉਹਨਾਂ ਦਾ ਕਹਿਣਾ ਹੈ ਕਿ ਉਹ ਲੰਬੇ ਸਮੇਂ ਤੋਂ ਪਿੰਡ ਦੇ ਵਿੱਚ ਰਹਿ ਰਹੇ ਨੇ, ਪਰ ਆਏ ਪੰਚਾਇਤੀ ਚੋਣਾਂ ਦੇ ਵਿੱਚ 441 ਵੋਟਾਂ ਗਾਇਬ ਕਰ ਦਿੱਤੀਆਂ ਜਾਂਦੀਆਂ ਨੇ। ਆਖਿਰ ਇਸ ਦਾ ਕਾਰਨ ਕੀ ਹੈ, ਕਿਉਂ ਇਹ ਗਾਇਬ ਕੀਤੀਆਂ ਜਾਂਦੀਆਂ ਨੇ, ਇਸ ਦੀ ਹੁਣ ਮੰਗ ਜੋ ਹੈ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਕਿ ਉਦੋਂ ਤੱਕ ਇਹ ਵੋਟਿੰਗ ਪ੍ਰਕਿਰਿਆ ਮੁਕੰਮਲ ਨਹੀਂ ਹੋਣ ਦੇਣਗੇ ਜਦੋਂ ਤੱਕ ਉਹਨਾਂ ਦੀਆਂ ਵੋਟਾਂ ਜੋ ਹੈ ਉਹ ਇਸ ਪਿੰਡ ਦੇ ਵਿੱਚ ਨਹੀਂ ਆਉਂਦੀਆਂ। ਉੱਥੇ ਜੋ ਬਜ਼ੁਰਗ ਨੇ ਉਹਨਾਂ ਦਾ ਕਹਿਣਾ ਹੈ ਕਿ ਆਏ ਵਾਰੀ ਉਹਨਾਂ ਦੇ ਵੱਲੋਂ ਲੋਕ ਸਭਾ ਅਤੇ ਵਿਧਾਨ ਸਭਾ ਦੇ ਵਿੱਚ ਵੱਧ ਚੜ੍ਹ ਕੇ ਵੋਟਿੰਗ ਕੀਤੀ ਜਾਂਦੀ ਹੈ, ਉਹਨਾਂ ਦੀ ਵੋਟ ਉਦੋਂ ਸਾਹਮਣੇ ਆਉਂਦੀ ਹੈ, ਪਰ ਇਹਨਾਂ ਚੋਣਾਂ ਦੇ ਵਿੱਚ ਆਏ ਵਾਰੀ ਗਾਇਬ ਹੋ ਜਾਂਦੀ ਹੈ। ਤਾਂ ਇਸ ਮੰਗ ਨੂੰ ਲੈ ਕੇ ਹੁਣ ਉਹਨਾਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ। ਫਿਰੋਜ਼ਪੁਰ ਦੇ ਵਿੱਚ ਵੋਟਿੰਗ ਪ੍ਰਕਿਰਿਆ ਦੇ ਵਿੱਚ ਡਿਲੇ ਨਜ਼ਰ ਆ ਰਹੀ ਹੈ। ਇਹ ਲੈ ਜੀ, ਸਾਡੀਆਂ ਵੋਟਾਂ ਦਾ ਸੰਬੰਧ 'ਚ ਸਰਪੰਚੀ ਦੀਆਂ ਵੋਟਾਂ ਜਿਹੜੀਆਂ ਸਾਡੀਆਂ ਪੰਚਾਇਤੀ ਵੋਟਾਂ ਨੇ, ਪੰਚਾਇਤੀ ਵੋਟਾਂ ਵਿਧਾਨ ਸਭਾ ਦੀਆਂ ਵੋਟਾਂ ਪਾਈਆਂ ਅਸੀਂ, ਲੋਕ ਸਭਾ ਦੀਆਂ ਪਾਈਆਂ, ਸਾਰੀਆਂ ਵੋਟਾਂ ਪਾਉਣੇ ਜਦੋਂ ਆਹ ਟਾਈਮ ਆਉਂਦਾ ਸਾਡਾ ਪੰਚਾਇਤ ਦਾ, ਪੰਚਾਇਤ ਦੇ ਵਿੱਚ ਸਾਡੀ 441 ਵੋਟਾਂ ਜਿਹੜੀਆਂ ਕਿ ਪਤਾ ਹੀ ਨਹੀਂ ਕਿੱਥੇ ਨੇ, ਸਾਰਾ ਪਿੰਡ ਮੋਹਰ ਲਾਉਣ ਤੋਂ ਵੀ, ਸਰਪੰਚ ਹੈ ਨਹੀਂ ਸਾਡਾ, ਮੋਹਰ ਲਾਉਣ ਤੋਂ ਤੰਗ ਹੁੰਦਾ, ਜੇ ਅਸੀਂ ਕਿਸੇ ਨੂੰ ਵੋਟ ਪਾਵਾਂਗੇ ਤਾਂ ਮੋਹਰ ਲਵਾਵਾਂਗੇ। ਸਰਕਾਰੀ ਦਰਬਾਰੇ ਕੋਈ ਮੰਗ ਕੀਤੀ, ਕੋਈ ਆਪਦਾ ਨਿਆਂ ਰੱਖਿਆ ਉੱਥੇ? ਸਰਕਾਰੀ ਦਰਬਾਰੇ ਜੀ ਸਾਰੇ ਟੋਟਲ ਕੋਈ ਵੀ ਇਹੋ ਜਿਹਾ ਅਫਸਰ ਨੇ ਜਿਹਦੇ ਕੋਲ ਅਸੀਂ ਨਹੀਂ ਪਹੁੰਚ ਕੀਤੀ, ਹਾਈਕਮਾਂਡ 'ਤੇ ਪੂਰੇ ਗਏ ਹਾਂ, ਚੋਣ ਕਮਿਸ਼ਨ 'ਤੇ ਗਏ ਹਾਂ, ਹਾਈਕੋਰਟ 'ਚ ਗਏ ਹਾਂ, ਫਿਰ ਬਾਕੀ ਆ ਗਿਆ ਤੁਹਾਡਾ SDM ਸਾਹਿਬ, DC ਸਾਹਿਬ, ਅਤੇ ਕੋਈ ਵੀ ਅਸੀਂ ਇਹੋ ਜਿਹਾ ਨਹੀਂ ਛੱਡਿਆ ਜਿਹਦੇ ਅਫਸਰ ਨੂੰ ਅਸੀਂ ਕਿਹਾ ਨਹੀਂ ਜਾ ਕੇ ਵੀ ਸਾਡੀਆਂ ਵੋਟਾਂ ਪਾਓ, ਵੀ ਹੱਕ ਹੈ ਸਾਡਾ, ਪਰ ਲੇਕਿਨ ਕਿਸੇ ਨੇ ਗੱਲ ਨਹੀਂ ਸੁਣੀ। ਪੰਚਾਇਤੀ ਵੋਟਾਂ ਦੇ ਵਿੱਚ ਜਿਹੜਾ ਤੁਹਾਡਾ ਹੱਕ ਹੈ ਕਦੋਂ ਤੋਂ ਖਤਮ ਹੋ ਚੁੱਕਿਆ ਹੈ? ਇਹ ਸਾਡਾ ਜੀ 18 ਤੋਂ ਲੈ ਕੇ ਮਗਰਲੇ ਇਲੈਕਸ਼ਨ ਤੋਂ ਲੈ ਕੇ ਆਹ ਵੀ ਇਲੈਕਸ਼ਨ 'ਚ ਨਹੀਂ ਆਈਆਂ, ਮਗਰਲਾ ਵੀ ਗਿਆ, ਮਗਰਲੇ 'ਚ ਵੀ ਨਹੀਂ ਸੀ। ਕਿੰਨੀਆਂ ਵੋਟਾਂ ਗਾਇਬ ਨੇ? 441 ਵੋਟਾਂ ਨੇ